ਕਿ ਪਰਿਵਾਰ ਦੀ ਛੱਤ ਵਾਪਸ ਲਾਈ ਗਈ ਹੈ ਸਾਰੇ ਸਹਿਯੋਗੀ। ਪਠਾਨਕੋਟ ਦੇ ਵਿੱਚ ਇੱਕ ਬੜੀ ਮਨਪਾਤੀ ਕੈਸਾ ਕੰਮ ਹੋਇਆ ਪਠਾਨਕੋਟ ਦੇ ਵਿੱਚ ਕਿ ਇੱਕ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲਿਆ, ਉਹ ਲੇਡੀ ਨੇ ਆਪਣੀ ਦੋਵਾਂ ਬੱਚੀਆਂ ਨੂੰ ਛੱਡ ਕੇ ਤੇ ਉਹ ਚਲੀ ਗਈ ਇੱਥੋਂ ਔਰ ਬੈਂਕ ਨੇ ਉਹਦੇ ਤੇ ਤਾਲਾ ਲਾਤਾ। ਕੁਝ ਦੇਰ ਵੇਟ ਕੀਤੀ, ਜਦੋਂ ਪੈਸਾ ਵਾਪਸ ਨਹੀਂ ਮਿਲਿਆ ਬੈਂਕ ਨੇ ਉਹ ਤੇ ਗ੍ਰਾਮੀਣ ਬੈਂਕ ਹੈ ਪੰਜਾਬ ਗ੍ਰਾਮੀਣ ਬੈਂਕ ਉਹਨੇ ਤਾਲਾ ਲਾਤਾ। ਉਹ ਇਹ ਚੀਜ਼ ਵੀਡੀਓ ਜਦੋਂ ਵਾਇਰਲ ਹੋਈ ਤੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸੱਜਣਾਂ ਨੇ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਔਰ ਕਿਉਂਕਿ ਛੋਟੀ ਛੋਟੀਆਂ ਬੱਚੀਆਂ ਸੀ ਜਿਨ੍ਹਾਂ ਨੂੰ ਘਰ ਚੋਂ ਕੱਢਤਾ ਗਿਆ ਔਰ ਘਰੋਂ ਕੱਢ ਕੇ ਬਾਹਰ ਬਿਠਾ ਦਿੱਤਾ, ਸਰਦੀਆਂ ਦੇ ਦਿਨ ਸੀ। ਤੋ ਜਦੋਂ ਇਹ ਵਾਇਰਲ ਹੋਈ ਤਾਂ ਉਹੀ ਸਾਰੇ ਹੀ ਸਾਰੇ ਸ਼ਹਿਰਦਾਰ ਇਕੱਠੇ ਹੋਏ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਵਪਾਰ ਮੰਡਲ, ਸਾਡੀ ਲਾਇਨਸ ਕਲੱਬ ਦੇ ਬੜੇ ਦੋਸਤ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਵੀ ਇਹਦਾ ਪੈਸਾ ਜਿਹੜਾ ਵੀ ਹੈ ਬੈਂਕ ਦਾ ਉਹ ਅਸੀਂ ਤਾਰਾਂਗੇ ਔਰ ਬੈਂਕ ਦਾ ਪੈਸਾ ਦੇ ਕੇ ਅਸੀਂ ਇਹਨਾਂ ਬੱਚਿਆਂ ਨੂੰ ਘਰ ਦੇ ਅੰਦਰ ਵਾੜਨਾ। ਮੈਨੂੰ ਇਸ ਗੱਲ ਦੀ ਅੱਜ ਖੁਸ਼ੀ ਹੈ ਕਿ ਅੱਜ ਉਹਦੇ ਵਿੱਚ ਕਾਫੀ ਜ਼ਿਆਦਾ ਬੈਂਕ ਨੇ ਵੀ ਸਾਡੇ ਨਾਲ ਸਹਿਯੋਗ ਕੀਤਾ, ਸਾਡੀ ਐਡਮਿਨਿਸਟ੍ਰੇਸ਼ਨ ਨੇ ਬੜਾ ਸਹਿਯੋਗ ਕੀਤਾ, ਸਾਡੇ ਮੰਤਰੀ ਜੀ ਨੇ ਵੀ ਉਹਦੇ ਵਾਸਤੇ ਬੜਾ ਸਾਡੇ ਨਾਲ ਸਹਿਯੋਗ ਕੀਤਾ, ਮੰਤਰੀ ਕਟਾਰੂ ਚੱਕ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਇਸ ਕੰਮ ਦਾ ਬੀੜਾ ਉਠਾਇਆ ਔਰ ਅੱਜ ਲੋਨ ਤੇ 4 ਲੱਖ ਰੁਪਇਆ ਲਿਆ ਗਿਆ ਸੀ, ਉਹ ਜਿਹੜਾ ਅੱਜ ਉਹ 7-8 ਲੱਖ ਦੇ ਕਰੀਬ ਬਣ ਗਿਆ ਦਾ ਸੀ। ਫਿਰ ਅਸੀਂ ਸਾਰੇ ਜਦੋਂ ਡਿਪਾਰਟਮੈਂਟ ਵਿੱਚ ਪਿਆ, DC ਸਾਹਿਬ, ADC ਸਾਹਿਬ, ਖਾਸ ਤੌਰ 'ਤੇ ADC ਸਾਹਿਬ ਦਾ ਤਾਂ ਮੈਂ ਬਹੁਤ ਧੰਨਵਾਦੀ ਹਾਂ, ਉਹਨਾਂ ਨੇ ਬੜਾ ਪੇਨ ਲਈ ਇਸ ਕੰਮ 'ਚ। ਉਹ ਫਿਰ ਬੈਂਕ ਨੂੰ ਅਸੀਂ ਬੁਲਾਇਆ, ਫਿਰ ਉੱਥੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸੋਢੀ ਸਾਹਿਬ, ਸਾਡੇ ਚਾਚਾ ਜੀ, ਸਾਡੇ ਮਨਪ੍ਰੀਤ ਸਾਹਣੀ ਜੀ, ਡਾਕਟਰ ਤਰਸੇਮ ਸਿੰਘ, ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਜਦੋਂ ਅਸੀਂ ADC ਸਾਹਿਬ ਨੂੰ ਰਿਕੁਐਸਟ ਕੀਤੀ ਕਿ ਪੈਸਾ ਤਾਂ ਅਸੀਂ ਦੇਣ ਨੂੰ ਤਿਆਰ ਹਾਂ, ਭਾਈ ਬੈਂਕ ਉਨੇ ਕੁ ਪੈਸੇ ਲਏ ਜਿੰਨੇ ਉਹਨਾਂ ਨੇ ਬੈਂਕ ਦਾ ਲੋਨ ਲਿਆ, ਤੋ ਅਸੀਂ ਉਹਨਾਂ ਨਾਲ ਬਹਿ ਕੇ ਨੈਗੋਸ਼ੀਏਟ ਕਰਕੇ ਅਸੀਂ ਉਹ ਪੈਸਾ ਜਿਹੜਾ ਉਹਨਾਂ ਨਾਲ ਨੈਗੋਸ਼ੀਏਟ ਕੀਤੀ ਬੈਂਕ ਨਾਲ, ਵਿੱਦੀ ADC ਸਾਹਿਬ ਨੂੰ ਵਿੱਚ ਬਿਠਾਇਆ ਔਰ ਉਹਦੇ ਵਿੱਚ ਜੋ ਫੈਸਲਾ ਹੋਇਆ ਕਿ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਔਰ ਉਹ ਅਸੀਂ ਉਹ ਸਾਰਿਆਂ ਨੇ ਸਾਰੇ ਸ਼ਹਿਰਦਾਰਾਂ ਨੇ ਇਕੱਠੇ ਹੋ ਕੇ ਉਹ ਪੈਸਾ ਜਮ੍ਹਾਂ ਕੀਤਾ ਔਰ ਉਹ ਜਮ੍ਹਾਂ ਕਰਕੇ ਅਤੇ ਅੱਜ ਅਸੀਂ ਬੈਂਕ 'ਚ ਜਮ੍ਹਾਂ ਕਰਾਇਆ ਔਰ ਬੈਂਕ ਨੂੰ ਅਸੀਂ ਚਾਬੀਆਂ ਲਿਆ ਕੇ ਸਾਰੇ ਅੱਜ ਸਾਡੇ ਨਾਲ ਸਾਡੇ ਸ਼ਹਿਰ ਦੇ ਸਾਰੇ ਦੋਸਤ ਸਾਡੇ ਨਾਲ ਇਕੱਠੇ ਹੋ ਕੇ ਅਸੀਂ ਆਏ ਹਾਂ ਔਰ ਅਸੀਂ ਉਹ ਬੱਚੀਆਂ ਨੂੰ ਅੱਜ ਤਾਲਾ ਖੋਲ੍ਹ ਕੇ ਉਹਨਾਂ ਬੱਚੀਆਂ ਨੂੰ ਅੰਦਰ ਭੇਜਿਆ ਤਾਂ ਕਿ ਉਹ ਬੱਚੇ ਜਿਹੜੇ ਪਿਛਲੇ 4-5 ਮਹੀਨੇ ਤੋਂ ਬਾਹਰ ਧੱਕੇ ਖਾ ਰਹੇ ਸੀ, ਬੱਚੀਆਂ ਸਕੂਲ ਵੀ ਨਹੀਂ ਜਾ ਰਹੀਆਂ ਸੀ, ਉਹ ਮੈਂ ਧੰਨਵਾਦੀ ਹਾਂ ਉਹਦੇ ਮਹੱਲੇਦਾਰ ਮਹੱਲੇ ਦੇ ਜਿਸ ਮਹੱਲੇ 'ਚੋਂ ਲੈ ਰਹੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਉਹਨਾਂ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਬੱਚੀਆਂ ਨੂੰ ਔਰ ਉਹਨਾਂ ਨੂੰ ਪ੍ਰੋਪਰ ਖਾਣਾ ਵੀ ਦਿੰਦੇ ਰਹੇ ਔਰ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਕੂਲ ਵੀ ਭੇਜਦੇ ਰਹੇ। ਤੋ ਇਹ ਚੀਜ਼ ਜਦੋਂ ਸਾਰਿਆਂ ਦੇ ਸਾਹਮਣੇ ਆਈ, ਸਾਰੇ ਸ਼ਹਿਰ ਇਕੱਠਾ ਹੋਇਆ ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੈਂਕ ਨੇ ਵੀ ਸਾਥ ਦਿੱਤਾ, ਐਡਮਿਨਿਸਟ੍ਰੇਸ਼ਨ ਨੇ ਵੀ ਸਾਥ ਦਿੱਤਾ ਔਰ ਸਾਰੇ ਸ਼ਹਿਰ ਵਾਸੀਆਂ ਨੇ ਵੀ ਸਾਥ ਦਿੱਤਾ ਔਰ ਸਾਰਿਆਂ ਨੇ ਕਰਕੇ ਅੱਜ ਅਸੀਂ ਬੱਚੀਆਂ ਨੂੰ ਆਪਣੇ ਘਰ ਭੇਜਿਆ। ਇਸ ਗੱਲ ਦੀ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਆ। ਮੈਂ ਸਾਰੇ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਨੂੰ ਸਹਿਯੋਗ ਕੀਤਾ, ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜਦੋਂ ਵੀ ਕੋਈ ਸ਼ਹਿਰ ਦੇ ਉੱਤੇ ਕੋਈ ਇਹੋ ਜਿਹੀ ਮੁਸੀਬਤ ਆਏ ਅਸੀਂ ਸਾਰੇ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਜਿੱਥੇ ਅਸੀਂ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਹਾਂ ਮਾਨਵਤਾ ਦੀ ਸੇਵਾ ਦੇ ਲਈ ਅੱਗੇ ਆਉਂਦੇ ਰਹੀਏ। ਧੰਨਵਾਦ। ਦਰਵਾਜ਼ਾ ਬੰਦ ਕੀਤਾ ਗਿਆ ਬੈਂਕ ਵੱਲੋਂ, ਕਿੰਨੇ ਚਿਰ ਪਹਿਲਾਂ ਕੀਤਾ ਗਿਆ ਔਰ ਕਿਹੜੇ ਕਾਰਨ ਕਰਕੇ ਦਰਵਾਜ਼ਾ ਬੰਦ ਹੋਇਆ ਔਰ ਅੱਜ ਕਿੱਦਾਂ ਪ੍ਰਾਪਤ ਕੀਤਾ ਗਿਆ ਖੁਲਵਾਉਣ ਦਾ? ਇਹਦੀ ਜਿਹੜੀ ਰੂਪਰੇਖਾ ਨਾ ਜੀ ਇਸ ਮਕਾਨ ਦੀ, ਇਹ ਤੁਹਾਡੇ ਮੀਡੀਆ ਔਰ ਪ੍ਰਿੰਟ ਮੀਡੀਆ ਰਾਹੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਨਵਰਾਤਰਿਆਂ ਤੋਂ ਕੁਛ ਦਿਨ ਬਾਅਦ ਲੋਕ ਕੰਜਕਾਂ ਦਿੰਦੇ ਸੀ ਔਰ ਕੰਜਕਾਂ ਲੱਭਦੇ ਸੀ ਔਰ ਉਸ ਤੋਂ ਕੁਛ ਦਿਨ ਬਾਅਦ ਇਹ ਕੰਜਕਾਂ ਇਸ ਘਰ ਦੇ ਬਾਹਰ ਜਿਹੜੀਆਂ ਉਹ ਖੜੀਆਂ ਸੀਗੀਆਂ। ਜਦੋਂ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਸੀਗੀ, ਅਸੀਂ ਲੋਕ 2-3 ਜਣੇ ਅਸੀਂ ਆਪਣਾ ਚਾਹ ਪੀ ਰਹੇ ਸੀ, ਅਸੀਂ ਤੁਹਾਡੀ ਵੀਡੀਓ ਦੇਖੀ ਅਤੇ ਅਸੀਂ ਇਸ ਸਥਾਨ 'ਤੇ ਪਹੁੰਚ ਗਏ। ਜਦੋਂ ਅਸੀਂ ਇੱਥੇ ਦੇਖਿਆ ਕਿ ਇਹ ਦੋ ਬੱਚੀਆਂ ਛੋਟੀਆਂ ਛੋਟੀਆਂ ਔਰ ਇਹਨਾਂ ਦੀ ਮਾਤਾ ਬਜ਼ੁਰਗ ਅਤੇ ਇੱਕ ਇਹਨਾਂ ਦੀ ਭੂਆ ਜੀ ਜਿਹੜੀਆਂ ਕਿ ਇਸ ਸਰਦੀ ਦੇ ਮੌਸਮ ਦੇ ਵਿੱਚ ਬਾਹਰ ਜਿਹੜੀਆਂ ਬੈਠੀਆਂ ਸੀਗੀਆਂ, ਅਸੀਂ ਇਹਨਾਂ ਤੋਂ ਪੁੱਛਿਆ, ਮਹੱਲੇ ਵਾਲੇ ਤੋਂ ਪੁੱਛਿਆ ਵੀ ਇਹ ਕੀ ਕਾਰਨ ਆ। ਇਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਮਾਤਾ ਅਤੇ ਇਹਨਾਂ ਦੇ ਪਿਤਾ ਦੇ ਕੁਝ ਡਿਸਪਿਊਟ ਦੇ ਕਾਰਨ ਲੋਨ ਲਿਆ ਸੀਗਾ, ਲੋਨ ਲੈਣ ਤੋਂ ਬਾਅਦ ਜਿਹੜਾ ਲੋਨ ਨਹੀਂ ਦਿੱਤਾ ਗਿਆ ਅਤੇ ਬੈਂਕ ਨੇ ਸਰਪੇਸੀ ਕੇਸ ਕਰਕੇ ਇਸ ਨੂੰ ਤਾਲਾ ਲਗਾ ਦਿੱਤਾ। ਲੇਕਿਨ ਕੁਛ ਮਹੱਲੇ ਵਾਲਿਆਂ ਦੇ ਕਹਿਣ ਦੇ ਉੱਤੇ ਅਸੀਂ ਇਸ ਦੀ ਡਰਾਫਟ ਕੀਤੀ ਕਿ ਇਹ ਖਸਰਾ ਨੰਬਰ ਕਿਸ 'ਚ ਆਉਂਦਾ। ਅਸੀਂ ਉਸ ਖਸਰੇ ਨੰਬਰ ਦੇ ਕਰਕੇ ਅਸੀਂ ਡਿਮਾਰਕੇਸ਼ਨ ਵੀ ਕਰਾਈ ਔਰ ਡਿਮਾਰਕੇਸ਼ਨ ਦੇ ਵਿੱਚ ਸਾਨੂੰ ਕੁਛ ਡਾਊਟ ਲੱਗਿਆ ਕਿ ਇਹ ਉਹਦੇ ਵਿੱਚ ਨਹੀਂ ਆਉਂਦਾ।
लेकिन असी खुशकिस्मती समझते हैं साढ़े जिन्हें भी सहयोगी ने असी एक टीम बनाई, टीम बना के इस प्रशासन के नाल वास्ता किया, ADC साहब नाल वास्ता किया, तहसीलदार साहब नाल वास्ता किया और इहदा प्रयास जारी रखिया। एंड असी इस पॉइंट ते पहुँचे कि बैंक नाल बैंक ने कोई 5.5-6 लाख रुपया का लोन जिहड़ा तय किया सीगा। असी लोगों ने सारिया ने मिंदरू साहब चाचा जी डॉक्टर तरसेम जी चाचा जी और अपने जिन्हें भी साढ़े साथी ने मनप्रीत जी मिंटू जी दविंदर सिंह जी ग्रीन होटल तो और होर कई साथियों ने नाल असी मिल के सारी प्लैनिंग की कि असी इस का एक जड़ा बीड़ा ये जड़ियाँ बच्चियाँ जड़ियाँ ने बेसहारा जड़ियाँ हो गई ने इन्हों अंदर वाड़ना। असी लोगों ने सारे आपस के पैसे इकट्ठे करके 4 लाख के जी सैटलमेंट जी असी बैंक के नाल की और असी धन्नवादी हैं ADC साहब का और प्रशासन का कि उन्होंने साडा ये पूरा साथ ही दिता। असी मंत्री साहब को भी गए, मंत्री साहब ने भी यह प्रयास किया कि बच्चे अंदर वाड़िया जाए और अज साडा जिहड़ा प्रयास आ इस महल्ले दे नाल जोगिंदर पटवारी जी ओम जूलर जी और इन्हां सारयां दे करके मैं धन्नवाद करदा सारयां दा। अपने होटल एसोसीएशन के राकेश औल जी भी G20 के मैंबर साहबान जिन्हें भी ने व्यापार मंडल के मैंबर साहबान जिन्होंने सारा सहयोग किया और हिंदू कोपर बैंक के चेयरमैन मिंदरू जी और लायंस क्लब तो जिन्हें भी मैंबर साढ़े नाल जुड़े और सारिया ने इस सहयोग करके अज इस भागा भरिया दिन जिहड़ा तुसीं देख रहे हो कि अज असी बैंक दे विच जिहड़ा लोन दे पैसे अदा कर दिते और उन्होंने सानू जिहड़ी चाबी देती है और यह चाबी लैके अज असी इस बच्चों नू जिहड़ा अज इन्हां दे यह बच्चियां छोटिया छोटिया जिहड़ियां ने इन्हां नू अज असी इस घर दे अंदर वाड़िया। मैं समझना कि प्रभु परमेश्वर की बड़ी एक नियामत आ कि जिहड़ा साढ़े ते और सारे साथियों के उत्ते जिन्हां ने यह प्रयास करके जिहड़ा इस बच्चे नू अज अंदर वाड़िया और मैं समझना कि प्रशासन दे विच ऐसा साढ़े नाल जो सहयोग किया ADC साहब ने और तहसीलदार साहब ने मैं उन्हां दा भी धन्नवाद करदा और जिन्हां 32 व्यक्तियों ने इस योगदान दे विच हिस्सा पाया और मैं उन्हां 32 मैंबरां दा भी बहुत बहुत धन्नवाद करदा कि जिन्हां ने सहयोग की राशि भेट करके इन्हां बच्चियां उत्ते अच्छा कर्म किया और इन्हां नूं अज घर जिहड़ा मुहैया कराया। और मैं धन्नवाद करदा कि इन्हां दी भूआ दा जिहड़ियां कि इन्हां नूं पालण डई है और जिहड़ी जिन्हें अपना विआह भी नहीं कराया और इन अपनी माता ते इन्हां बच्चियां नूं पालदी है। तो मैं फिर एक बार तुहाडी प्रैस का भी और सारे साथियों का धन्यवाद करना जिन्होंने राशि भेट की है। धन्यवाद।